ਅਸੀਂ ਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਬੈਠ ਰਹੇ ਆ ਮੰਡੀ 'ਚ ਅੱਜ ਆ ਦੂਆ ਦਿਨ ਬਾਕੀ ਮੀਟਿੰਗਾਂ ਤਾਂ ਸਵੇਰ ਦੀ ਹੁੰਦੀਆਂ ਪਰ ਕੋਈ ਨਤੀਜਾ ਨਿਕਲਦਾ ਨਹੀਂ ਹੈਗਾ ਤੇ ਰੋਡ ਵੀ ਜਾਮ ਕਰਤਾ ਅੱਜ ਬਾਕੀ ਉੱਥੇ ਦੇ ਆਏ ਹਾਂ ਬਾਈ ਹੁਣ ਫਿਰ ਜਾਂਦੇ ਹਾਂ ਉੱਥੇ ਨੂੰ ਬਾਕੀ ਹੁਣ ਉਹਦੇ ਪਰ ਲੱਗ ਗਿਆ ਵਧਣ ਮਤਲਬ ਭੀੜ ਲੱਗ ਗਈ ਵਧਣ ਪਹਿਲਾਂ ਤਾਂ ਪੰਜ ਛੇ ਕੁ ਜਾਣੇ ਤੇ ਹੌਲੀ ਹੌਲੀ ਵਧੀ ਜਾਂਦੇ ਹਾਂ ਬਾਕੀ ਅੱਜ ਬਾਈ ਛੱਬੀ ਦੀ ਵੀ ਨਹੀਂ ਇਹਨੇ ਭਰਾਈ ਕਰੀ ਹੈਗੀ ਅੱਜ ਕਾਫੀ ਨਹੀਂ ਕਰੀ ਹੈਗੀ ਭਰਾਈ ਅੱਜ ਬਸ ਵਿਹਲੀ ਆ ਲੇਬਰ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਬਾਈ ਇੱਧਰ ਮਿਲੋ ਪਹਿਲਾਂ ਮਾਸੜ ਕਿੱਦਾਂ ਸਤਿ ਸ਼੍ਰੀ ਅਕਾਲ ਸਰ ਇੱਧਰ ਆਪਣਾ ਵੀਰ ਆ ਇਹਦਾ ਪਿੰਡ ਆ ਬਾਈ ਪੱਕੂ ਮਾਜਰਾ ਪੱਕੂ ਮਾਜਰਾ ਦੇ ਇਹ ਵੀਰ ਉਹ ਹੈ ਆਪਣਾ ਜਿਹੜੇ ਆਪਾਂ ਨੇ ਤੁਹਾਨੂੰ ਪਹਿਲਾਂ ਵੀ ਵੀਡੀਓ ਵਿੱਚ ਦਿਖਾਈ ਹੈ ਪਾਪੂਲਰ ਦੀ ਨਰਸਰੀ ਰਾਜੀ ਜਿਹੜਾ ਆਪਾਂ ਨੇ ਰਾਜੀ ਫਾਰਮ ਵਾਲੇ ਦਿਖਾਇਆ ਸੀ ਨਾ ਤੁਹਾਨੂੰ ਆਲੂਆਂ ਦਾ ਫੀਡ ਆਪਾਂ ਨੇ ਕਹਿੰਦੇ ਗੁਰੂ ਤੇ ਮਿਲਦਾ ਹੈ ਇੱਕ ਵਾਰ ਆਪਾਂ ਨੇ ਇਹਨਾਂ ਦੇ ਖੇਤਾਂ ਵਿੱਚ ਵੀ ਤੁਹਾਨੂੰ ਲੇਜ਼ਰ ਪਾ ਕੇ ਦਿਖਾਇਆ ਦਿੱਤਾ ਉੱਥੇ ਸਾਰਾ ਬਾਈ ਆਲੂਆਂ ਦਾ ਬੀਜ ਛੱਡੀਆਂ ਵੀ ਹੈ ਨਾ ਵੀਰ ਆਪਣੇ ਕੋਲ ਪਾਪੂਲਰ ਦੀਆਂ ਛੱਡੀਆਂ ਕਿਸੇ ਵੀ ਤਰ੍ਹਾਂ ਕਿਹੜੀ ਕਿਹੜੀ ਵਰਾਇਟੀ ਆ ਵੀਰ ਵਿੱਚ ਹੈਗਾ ਜਿਹੜੇ ਨਵੀਂ ਟ੍ਰੈਂਡਿੰਗ ਜਿਹੜੀ ਕੰਪਨੀ ਡਿਮਾਂਡ ਕਰਦੀ ਆ ਉਹੀ ਰੱਖਦੇ ਆ ਅੱਛਾ ਜੀ ਜਿਵੇਂ ਕੰਪਨੀ ਹੁਣ ਜ਼ਿਆਦਾ ਹਲਕਾ ਬੁੱਟਾ ਮੰਗ ਰਹੀ ਆ ਤੇ ਛੇਤੀ ਹੋਣੇ ਵਾਲਾ ਉਹ ਫਿਰ ਵਰਾਇਟੀਆਂ ਸਾਰੀਆਂ ਆ ਗਈਆਂ ਤੇ ਕੰਪਨੀ ਦੇ ਹਿਸਾਬ ਨਾਲ ਚੱਲਣਾ ਪੈਂਦਾ ਜੀ ਮਾਰਕੀਟ ਦੇ ਹਿਸਾਬ ਨਾਲ ਤੇ ਕੁਝ ਬੀਜ ਪਹਿਲਾਂ ਪੁਰਾਣੇ ਸੀ ਰੱਖੇ ਛੇਤੀ ਸਾਂਭ ਕੇ ਰੱਖੇ ਸੀ ਤੇ ਕੰਪਨੀਆਂ ਅਸੈਪਟ ਨਹੀਂ ਕਰਦੀਆਂ ਤੇ ਕੰਪਨੀ ਭਾਵੇਂ ਉਹਨੂੰ ਕਿਸਾਨਾਂ ਨੂੰ ਥੋੜ੍ਹਾ ਉੱਥੇ ਘਾਟਾ ਪੈਂਦਾ ਪਰ ਕੰਪਨੀਆਂ ਦੇ ਹਿਸਾਬ ਨਾਲ ਸਾਨੂੰ ਚੱਲਣਾ ਪੈਂਦਾ ਕੰਪਨੀ ਕਿਆ ਕਹਿੰਦੀ ਹੈ ਬਾਕੀ ਬਾਈ ਇਹ ਵੀਰ ਨਹੀਂ ਬੈਠੇ ਆ 25 ਤਰੀਕ ਦੇ ਵੀਰ ਤੇ ਹਾਂਜੀ ਤੁਸੀਂ ਕਹਿ ਲਓ 30 ਤੋਂ 30 ਮੈਂ ਦਿੱਲੀ ਗਿਆ ਸੀ ਹਾਂਜੀ 30 ਤੋਂ ਬਾਅਦ ਮੈਂ ਇੱਥੇ ਬੈਠਾ ਵੇ ਇਹ ਬਾਈ ਵੀਰ ਨਹੀਂ ਆਲੂ ਨੂੰ ਲਾਉਨੇ ਆ ਇਹਦੇ ਕਰਕੇ ਥੋੜਾ ਜਿਹਾ ਖੇਤੀ ਵੱਢ ਲੈਂਦੇ ਆ ਖੇਤੀ ਵੱਢੀ ਵੀ ਜਿਹੜੀ ਪੱਕੀ ਹੈ ਸੁੱਕੀ ਹੈ ਕਿਦਾ ਹੋਵੇ ਚਲੋ ਨਰਮ ਆ ਜੀ ਨਰਮ ਆ ਸੁੱਕੀ ਆ 12 12 ਮਾ ਉਚਰ 13 13 ਮਾ ਉਚਰ ਕਿਆ ਹੁੰਦਾ ਇਹ ਆਓ ਬਾਈ ਆਪਾਂ ਨੇ ਕੱਲ ਦੀ ਤਰਪਾਲ ਪਾਈ ਹੋਈ ਤਾਰੀ ਹੋਣੀ ਹੈਗੀ ਬਾਕੀ ਅੱਜ ਨਹੀਂ ਮਾਸੜ 26 ਆਈ ਹੋਈ ਹੈ ਭਰੀ ਨਹੀਂ ਹੈ ਇਹਨਾਂ ਨੇ ਅੱਜ 26 ਨਹੀਂ ਭਰੀ ਹੈਗੀ ਜੇ ਅੱਜ ਇਹਨਾਂ ਨੇ ਨਾ ਭਰੀਆਂ ਅਸੀਂ ਕੱਲ ਢੇਰੀਆਂ ਭੁੱਲ ਜਾਣਾ ਜਿਹੜੇ ਲਾਗੇ ਲੱਗਣ ਲੱਗੇ ਹੋਰ ਥੋੜੇ ਤਾਂ ਪਈਆਂ ਕਰੂਈ ਵਾਲੇ ਤੇ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਕਾਹਤੇ ਦੂਏ ਦਿਨੇ ਅਪਡੇਟ ਹੋ ਜਾਂਦਾ ਹੈ ਅਪਡੇਟ ਹੋ ਜਾਂਦਾ ਹਾਂ ਇੱਧਰ ਹੀ ਜਾ ਕੇ ਆਓ ਦੇਖ ਹੁਣ ਇੱਧਰ ਹੀ ਜਾ ਕੇ ਉਹਨੂੰ ਉੱਧਰ ਰੱਖ ਦੇਣੀ ਅੱਛਾ ਇੱਕ ਮੈਂ ਹੋਰ ਦੇਖਿਆ ਵੀ ਕੱਲ 26 ਦੀਆਂ ਇੱਕ ਇੱਕ ਦੋ ਦੋ ਢੇਰੀਆਂ ਲੱਗੀਆਂ ਹੂੰ ਜਿਹੜੇ ਲਾਗੇ ਬੋਰੀਆਂ ਭਰੀਆਂ ਵੀ ਆ ਮੈਨੂੰ ਲੱਗਦੀਆਂ ਵੀ ਗੈਲ ਧਾਨਾਂ ਦੇ ਰੰਗ ਡੀਲਰ ਨੂੰ ਪਾਣੀ ਆਇਆ ਲੱਗਦਾ ਮੈਨੂੰ ਲੱਗਦਾ ਹੈ ਕਿਆ ਬੰਦੇ ਨੂੰ ਹੋ ਸਕਦਾ ਆਹ ਇੱਕ ਇੱਕ ਦਾ ਦੇਖ ਤਾਂ ਕਿਟਕਿਟੇ ਢਾਕਾ ਲਾਉਂਦੀਆਂ ਉੱਪਰ ਸਾਰੀਆਂ ਬੋਰੀਆਂ ਲੱਗੇ ਢਾਕਾ ਲੱਗਿਆ ਹੋਇਆ ਹੋਰ ਇੱਕ ਇੱਕ ਦੋ ਦੋ ਢੇਰੀ ਤਾਂ ਹੈ ਨਹੀਂ ਭਰੀ ਵੀ ਜਿਹੜੀ 26 ਦੀ ਬੋਲੀ ਹੋਈ ਸੀ ਉਹ 20 25 ਕੁਇੰਟਲ ਵਾਲੀ ਸਾਰੀ ਮੈਂ ਤਾਂ ਕੋਈ ਦੇਖੀ ਨਹੀਂ ਹੈਗੀ ਵੀ 50 ਕੁਇੰਟਲ ਵਾਲੀ ਢੇਰੀ ਹੈ ਪਰ ਅੱਜ ਹੋਰ ਆ ਮਾਸੜ ਯਾਦ ਆ ਵੀ ਬੋਰੀਆਂ ਹਾਂ ਇਹ 26 ਦੀ ਹੈ ਜਿਹੜੀ ਉੱਪਰ ਤੱਕ ਭਰੀਆਂ ਹੋਈਆਂ ਦੂਆ ਬੀਜ ਨਹੀਂ ਇੰਨਾ ਪੈਂਦਾ ਹਾਈਬ੍ਰਿਡ ਨਹੀਂ ਪੈਂਦਾ ਬਾਕੀ ਧਰਨਾ ਵੀ ਲੱਗਿਆ ਹੋਇਆ ਹੁਣ ਉੱਥੇ ਤੇ ਆਏ ਤੇ ਬਾਈ ਅਸੀਂ ਦੇਖਦੇ ਬਾਈ ਧਰਨਾ ਰੋਡ ਸਾਰੇ ਜਾਮ ਹੋਏ ਪਏ ਵੀ ਇਹ ਅਨਸਾਈ ਜਿਹੜਾ ਸਰਦਾ ਨਹੀਂ ਨਾ ਜਿਹੜਾ ਜ਼ਿਮੀਦਾਰ ਦਾ ਤਾਂ ਧਰਨਾ ਲਾਉਣਾ ਪੈਂਦਾ ਨਹੀਂ ਕਿਸੇ ਨੂੰ ਤੰਗ ਕਰਕੇ ਵੀ ਰਾਜੀ ਨਹੀਂ ਹੈਗਾ ਜਦ ਹੁਣ ਆਪੇ ਤੰਗ ਹੋਇਆ ਬੈਠਾ ਇਹ ਤੰਗ ਹੋਇਆ ਬੈਠਾ ਸਮਝਾ ਕਿੱਥੇ ਪਹਿਲੀ ਤਰੀਕ ਤੇ ਮੰਡੀਆਂ ਨੇ ਖੋਲਣਾ ਤੁਸੀਂ ਆਪਣੀ ਮੀਟਿੰਗਾਂ ਕਹਿੰਦੇ ਸਾਨੂੰ ਘਰ ਤੇ ਉਹਨਾਂ ਬੁਲਾਓ ਹਾਂ ਕਿੱਥੇ 8 ਤਰੀਕ ਨੂੰ ਇਹਨਾਂ ਨੇ ਕਹਿ ਕੇ ਬੁਲਾ ਲਏ ਵੀ ਹਾਂ ਖੁੱਲ ਗਿਆ ਖੁੱਲੀ ਹੈ ਜੀ ਹਾਂ ਖੁੱਲੀ ਹੈ ਨਹੀਂ ਅਸੀਂ ਤਾਂ ਆਪਣੇ ਖੇਤਾਂ 'ਚ ਮਸਤ ਆ ਜੀ ਮਸਤ ਆ ਲੋੜ ਹੀ ਨਹੀਂ ਹੈਗੀ ਤੁਹਾਡੇ ਦਫ਼ਤਰਾਂ ਤੱਕ ਆਉਣ ਦੀ ਹੋਰ ਜੇ ਸਾਡੇ ਖੇਤਾਂ ਦਾ ਸਮਾਨ ਤੁਹਾਡੇ ਦਫ਼ਤਰਾਂ ਤੱਕ ਤੁਹਾਡੀ ਗੱਲ ਨਹੀਂ ਪਹੁੰਚਦੀ ਸਾਨੂੰ ਫਿਰ ਇੱਥੇ ਬੈਠਣਾ ਪੈਂਦਾ ਬੈਠਣਾ ਪੈਂਦਾ ਅਸੀਂ ਤੁਹਾਡੇ ਸੜਕਾਂ 'ਤੇ ਧਰਨੇ ਕਾਹਦੇ ਲਾਈਏ ਅਸੀਂ ਫਾਲਤੂ 'ਚ ਲਾਈਏ ਧਰਨਾ ਜੀ ਉਹੀ ਗੱਲ ਨਹੀਂ ਚੰਗੇ ਵਾਲੇ ਘਰਾਂ ਦੇ ਮੁੰਡੇ ਆ ਜੀ ਅਸੀਂ ਸੜਕਾਂ 'ਤੇ ਘੁੰਮਣ ਦੇ ਚੰਗੇ ਲੱਗਦੇ ਆ ਹੋਰ ਹੋਰ ਸਾਨੂੰ ਪਤਾ ਹੈ ਕਿ ਰੋਟੀ ਜਿਹੜੀ ਤੁਸੀਂ ਖਾਂਦੇ ਆ ਸੈਂਟਰ 'ਚ ਜਾਂਦੀ ਆ ਬਿਲਡਿੰਗਾਂ ਬੜੀਆਂ ਬੜੀਆਂ ਕੰਕਰੀਟ ਦੀਆਂ ਬਣੀਆਂ ਹੋਈਆਂ ਉਹ ਸਾਰੀ ਰੋਟੀਆਂ ਚੌਲ ਜੋ ਸਾਰੇ ਖੇਤਾਂ ਤੋਂ ਜਾਂਦੇ ਆ ਅਸੀਂ ਇੱਥੇ ਤਾਂ ਵੀ ਖੁਸ਼ ਆ ਜੀ ਤਾਂ ਵੀ ਹੋਏ ਵੀ ਬਾਈ ਇਹ ਦੁਖੀ ਹੋ ਗਈ ਜਿਹੜਾ ਸਟੈਪ ਚੱਕਿਆ ਧਰਨੇ ਵਾਲਾ ਚੱਕਿਆ ਕਿਉਂ ਕੱਲ ਅਸੀਂ ਦੇਖਿਆ ਕੱਲ ਰੋਪੜ ਵੀ ਲੱਗਿਆ ਧਰਨਾ ਉਹਦੇ ਬਾਅਦ ਜਦ ਧਰਨਾ ਖਲਾਇਆ ਉੱਥੇ ਉੱਥੇ ਵੀ ਕਹਿੰਦੇ ਹੁਣ ਬੰਦ ਹੋ ਗਿਆ ਬੰਦ ਹੋ ਗਈ ਜਾਨੀ ਮੰਡੀ 'ਚ ਉਸ ਟਾਈਮ ਜੁਖਾਈ ਚੱਲੀ ਆ ਅੱਧੀ ਮੰਡੀ ਭਰਤੀ ਸੀ ਅੱਧੀ ਮੰਡੀ ਦੇ ਬਾਅਦ ਰੋਪੜ ਤਾਂ ਐਂ ਤਾਂ ਰੋਪੜ ਤੋਂ ਬਹੁਤਾ ਦੇਰ ਧਰਨਾ ਨਹੀਂ ਲਾ ਸਕਦਾ ਸੜਕ ਪਰ ਜਾਮ ਬਹੁਤ ਬੜਾ ਲੱਗ ਜਾਂਦਾ ਬਹੁਤ ਬੜਾ ਜਾਮ ਲੱਗ ਜਾਂਦਾ ਹਾਂ ਇਹ ਥੋੜਾ ਜਿਹਾ ਇੱਥੇ ਥੋੜਾ ਜਿਹਾ ਕੱਟ ਛੋੜ ਜ਼ਿਆਦਾ ਹੈ ਮੈਂ ਦੇਖ ਰਿਹਾ ਉੱਥੇ ਐ ਰੋਡ ਨੂੰ ਪਾਤੀਆਂ ਗੱਡੀਆਂ ਟਰਾਲੀਆਂ ਪਰ ਉੱਥੇ ਵੀ ਬਾਈ ਜਿਹੜੇ ਹੁਣ ਟਿੱਪਰ ਭਰੇ ਆਉਂਦੇ ਨਾ ਰੇਤੇ ਦੇ ਉਹ ਨਹੀਂ ਰਿਸਕ ਉਹ ਰਿਸਕ ਨਹੀਂ ਲੈਂਦੇ ਉਧਰ ਨੂੰ ਇੱਧਰ ਤੇ ਵੀ ਟਰੱਕ ਜਾਂਦਾ ਉਧਰ ਤੇ ਵੀ ਜਾਂਦਾ ਚੱਲ ਗੱਬੇ ਇੱਕ ਆ ਜਾਊਗਾ ਗੱਡੀ ਜਾਂ ਉਹਨਾਂ ਸਾਈਡ ਦੇ ਨੇ ਉਹਨਾਂ ਸਾਈਡ ਦਾ ਹੋ ਜਾਣਾ ਸਾਰਾ ਰੋਡ ਬੰਦ ਹੋ ਜਾਣਾ ਉਹ ਵੀ ਕੋਈ ਫੇਸਬੁੱਕ ਤੇ ਕਹਿ ਗਈ ਜੀ ਜਾਂ ਜਿਹੜੀ ਲੋਕਾਂ ਨੂੰ ਦੁਨੀਆ ਨੂੰ ਜੋੜਦਾ ਤੁਸੀਂ ਅੱਜ ਵੀਡੀਓ ਦੇਖਦੇ ਆ ਪਤਾ ਨਹੀਂ ਕਿੱਥੇ ਜਾਣਾ ਪਰ ਮੈਂ ਇਹ ਕਹਿੰਦਾ ਜੀ ਛੋਟੇ ਚਮਕੌਰ ਸਾਹਿਬ ਤੋਂ ਵੀਡੀਓ ਆਈ ਹੈ ਰੋਪੜ ਤੋਂ ਵੀਡੀਓ ਆਈ ਹੈ ਸਰਕਾਰ ਤੱਕ ਪਹੁੰਚ ਜਾਂਦੀ ਹੈ ਸਹੀ ਟਾਈਮ ਤੱਕ ਪਹੁੰਚ ਜਾਂਦੀ ਹੈ ਸਹੀ ਟਾਈਮ ਤੱਕ ਉਹਨਾਂ ਨੂੰ ਐਕਸ਼ਨ ਲੈਣੇ ਚਾਹੀਦੇ ਆ ਸਰਕਾਰ ਨੂੰ ਲੋਕਾਂ ਦੀ ਮੰਗ ਪੂਰੀ ਕਰਨੀ ਚਾਹੀਦੀ ਆ ਜੇ ਨਹੀਂ ਕਰੂਗੀ ਲੋਕਾਂ ਨੇ ਹੋਰ ਰਸਤੇ ਲੱਭਣਾ ਨਹੀਂ ਕੱਲ ਦਾ ਹੁਣ ਦੇਖ ਹਾਈਬ੍ਰਿਡ ਦਾ ਰੌਲਾ ਪਿਆ ਹੋਇਆ ਕਿਸੇ ਦਾ ਕੋਈ ਬਿਆਨ ਆਇਆ ਆਇਆ ਹੀ ਨਹੀਂ ਕੋਈ ਬਿਆਨ ਕੋਈ ਮੰਤਰੀ ਦਾ ਨਹੀਂ ਕੋਈ ਜਦੇ ਦਾ ਨਹੀਂ ਹੈਗਾ ਇੱਥੇ ਜੇ ਵੋਟਾਂ ਆਉਂਦੀ ਸਾਡੇ ਵਿੱਚ ਵੱਜਦੇ ਫਿਰਨਾ ਇਹਨਾਂ ਨੇ
ਕੋਈ ਬਹੁਤ ਬੁਰਾ ਹਾਲ ਹੈ ਬਾਈ ਇਹਨਾਂ ਨੇ ਦੇਖੋ ਜੀ ਮੈਂ ਇਹ ਕਹਿੰਦਾ ਕਿ ਜਿਹੜੇ ਸੈਂਟਰ ਕੁਰਸੀਆਂ ਜੇ ਤੁਸੀਂ ਆਪਾਂ ਬਿਠਾਉਂਦੇ ਆ ਭਾਵੇਂ ਥੋੜੇ ਬੜੇ ਘਰਾਂ ਨੂੰ ਜਿਹੜੇ ਵੀ ਹੈਗੇ ਆ ਇੰਟਲੈਕਚੁਅਲ ਬੰਦੇ ਬਿਠਾਓ ਜਿਹਨੂੰ ਸਮਝ ਆ ਕਿ ਸਟੇਟ ਕਿਵੇਂ ਚੱਲ ਜਾ ਬਾਹਰਲਾ ਦੇਸ਼ ਦੇਖ ਲਓ ਅਮੈਰੀਕਾ ਤੁਸੀਂ ਜਾਂਦੀ ਆ ਜਾਂ ਅਮੈਰੀਕਾ ਚ ਦੇਖੋਗੇ ਉੱਥੇ ਥਿੰਕ ਟੈਂਕਰ ਪੈਂਦੇ ਆ ਉਹ ਆਪਣੇ ਦੋਸਤ ਆਪਣੇ ਲੋਕਾਂ ਦੇ ਸੋਚਦੇ ਉਹਨਾਂ ਨੇ ਸਾਡੇ ਲੋਕ ਇੱਥੋਂ ਤੋਂ ਬੁਲਾ ਕੇ ਸਪੈਸ਼ਲ ਉੱਥੇ ਮਜ਼ਦੂਰੀਆਂ ਕਰਾਉਂਦੇ ਆ ਜਾਂ ਪੜ੍ਹਾਈ ਵਾਲੀ ਮਜ਼ਦੂਰੀ ਉਹ ਵੀ ਹੈ ਲੇਬਰ ਇੱਥੇ ਸਾਡੇ ਅਸੀਂ ਲੋਕ ਆਪਣੇ ਆਪਣੇ ਲੋਕਾਂ ਦੇ ਵਿੱਚ ਕੰਮ ਨਹੀਂ ਕਰ ਸਕਦੇ ਕੰਮ ਇਹ ਬਾਈ ਕਰਨੀ ਹੁੰਦੇ ਆਪਣੀ ਤਰਾਸਤੀ ਹੈ ਸਰਕਾਰ ਦੀ ਜੀ ਤਰਾਸਤੀ ਕਿ ਆਪਾਂ ਸਰਕਾਰ ਸਾਡੇ ਨੂੰ ਆਪਣੇ ਲੋਕਾਂ ਬਾਰੇ ਨਹੀਂ ਸੋਚਦੀ ਸੋਚਦੇ ਨਹੀਂ ਜਮਾਂ ਵੀ ਹੁਣ ਮੌਕ ਚ ਰਿਹਾ ਬਾਰ ਵਾਲੀ ਉਹਦਾ ਝਾੜ ਕਿੰਨਾ ਘਟਿਆ ਆਊਗਾ ਮਾਸੜ ਅੱਗੇ ਤੁਸੀਂ ਸੋਲਾ ਸੋਲੀ ਭਰਾ ਕੇ ਜਾਂਦੇ ਆ ਥੋੜਾ ਥੋੜਾ ਉਹਦਾ ਝਾੜ ਕਿੱਥੇ ਤਾਂ ਇਹਦਾ ਹੁਣ ਕਿੱਥੇ ਜਾਣਾ ਸਤਾਰਾਂ ਵਾਲੀ ਭਰਦੇ ਤੇ ਹਾਈਬ੍ਰਿਡ ਬੀਜ ਕੱਢਿਆ ਜੀ ਹੁਣ ਭਾਜੀ ਪਤਾ ਨੀ ਕੌਣ ਭਾਜੀ ਕਹਿ ਰਹੇ ਸੀ ਉਹ ਇਜ਼ਰਾਇਲ ਚ ਕਹਿੰਦੇ ਕਿ ਵਧੀਆ ਬੀਜ ਆਇਆ ਕਹਿੰਦੇ ਕਾਫੀ ਬੜਾ ਬੀਜ ਹੁੰਦਾ ਉਹਦਾ ਝਾੜ ਜ਼ਿਆਦਾ ਹੁੰਦਾ ਕਿਹੜਾ ਜੀ ਇਜ਼ਰਾਇਲ ਚ ਤੇ ਭਾਜੀ ਕਹਿ ਰਹੇ ਸੀ ਕੋਈ ਅੱਛਾ ਅੱਛਾ ਜੀ ਇਜ਼ਰਾਇਲ ਵਿੱਚ ਜੀਰੀ ਦਾ ਇੱਕ ਝਾੜ ਕਾਫੀ ਆਉਂਦਾ ਤੇ ਉਹ ਜੀ ਇੱਥੇ ਕਦੇ ਇੰਟਰੋਡਿਊਸ ਕਰਦੇ ਜੀ ਚੱਕਰ ਇਹ ਸਰਕਾਰ ਘੁੰਮੀ ਵੀ ਆ ਬੜੇ ਦੇਸ਼ਾਂ ਚ ਜਾਂਦੀ ਆ ਡੈਲੀਗੇਟ ਬਣ ਕੇ ਜਾਂਦੀ ਆ ਪਤਾ ਨੀ ਕਿਆ ਪਾਪੜ ਖਾ ਕੇ ਆਉਂਦੀ ਜਿਹੜਾ ਚੀਜ਼ ਖਾਣਾ ਚਾਹੀਦਾ ਉਹ ਕਰਦੀ ਨੀ ਹੋਰ ਇਹ ਕੁਛ ਸਵੇਰੋਂ ਕਰੀ ਤੀ ਜਿਹੜੀ ਦੀਵਾਰ ਪਟਾਕੇ ਬਣਾਉਂਦੀ ਆ ਉਹ ਫੈਕਟਰੀ ਨੀ ਬੰਦ ਕਰਨੀ ਚਲਾਉਣੇ ਵਾਲੇ ਫੜਨੇ ਉਕਣੇ ਹੁਣ ਬਾਈ ਅਸੀਂ ਆ ਜਿਹੜੀ ਇਹ ਕਰਦੇ ਤਿਆਰ ਉਹ ਨੀ ਫੜਨੇ ਇਹਨੇ ਜਿਹੜੇ ਲਾ ਲੇ ਉਹ ਫੜ ਲੇ ਬਾਕੀ ਕੋਈ ਨਹੀਂ ਹੋ ਜਾਣਾ ਹੱਲ ਹੋ ਜਾਣਾ ਬੁਰਕੀ ਭਾਲਦੇ ਆ ਬੁਰਕੀ ਅੱਗੇ ਪੈਂਦੀ ਆ ਪਿੱਛੇ ਦੇ ਪੈਂਦੀ ਦੀ ਅੱਗੇ ਪਹਿਲਾਂ ਕਿਲੋ ਦੋ ਕਿਲੋ ਕਾਟ ਜਿਹੜੀ ਲੱਗਦੀ ਸੀ ਨਾ ਕੁਇੰਟਲ ਦੀ ਇਹ ਹੁਣ ਵੀ ਭਾਲਦੇ ਆ ਹੁਣ ਸੁੱਕੀ ਵਿੱਚ ਹੀ ਭਾਲਦੇ ਆ ਸੁੱਕੀ ਗਿੱਲੀ ਵਿੱਚ ਭਾਲਦੇ ਤੇ ਹੁਣ ਸੁੱਕੀ ਵਿੱਚ ਮਿਲਣੀ ਆ ਹੁਣ ਤਾਂ ਲੱਗ ਧਰਨੇ ਲੱਗ ਗਏ ਬਾਈ ਮੈਂ ਕਾਟ ਲਾ ਕੇ ਨਾ ਕੋਈ ਵੀ ਨਾ ਭਰਾਓ ਕਾਟ ਲਾ ਕੇ ਮੈਂ ਤੁਹਾਨੂੰ ਦੱਸਦਾ ਵੀ ਇੱਕ ਨੇ ਸਾਡੇ ਕਿਸਾਨਾਂ ਨੂੰ ਭਾਵੇਂ ਪਾ ਕੇ ਦੁਖੀ ਹੋ ਗਏ ਜਿਹੜਾ ਤੁਸੀਂ ਕ੍ਰੇਟ ਡਿਫਾਈਨ ਕਰਤਾ ਤੁਸੀਂ ਕਿਹਾ ਕਿ ਕ੍ਰੇਟ ਮਿਲਣਾ ਉਹਦੇ ਮੁਤਾਬਿਕ ਸਾਡੇ ਖਰਚੇ ਹੋਏ ਨੇ ਅਸੀਂ ਉਹਦੇ ਮੁਤਾਬਿਕ ਤੇਲ ਪਾਇਆ ਉਹਦੇ ਮੁਤਾਬਿਕ ਅਸੀਂ ਲੇਬਰਾਂ ਦਿੱਤੀਆਂ ਜੇ ਤੁਸੀਂ ਘਾਟ ਕਰੋਗੇ ਸਾਡੀ ਲੇਬਰ ਘੱਟ ਜਾਣੀ ਲੇਬਰ ਨੂੰ ਅਸੀਂ ਹੋਰ ਘੱਟ ਦੇਵਾਂਗੇ ਤੇ ਲੇਬਰਾਂ ਨੇ ਸਾਡੇ ਕੋਲ ਟਿਕਣਾ ਤੁਹਾਨੂੰ ਮੈਂ ਇੱਥੇ ਦਿਖਾ ਦੂੰਗਾ ਅਗਲੇ ਸਾਲ ਕੁਛ ਵੀ ਨਹੀਂ ਪੁੱਛਣਾ ਇਹਨਾਂ ਨੇ ਕਾਹਤੇ ਚੌਲ ਘੱਟ ਜਾਣੇਗਾ ਸਾਨੂੰ ਦੇਖੋ ਆਰਥ ਵਰਗ ਖਤਮ ਹੋ ਹਾਂ ਲੋਕਾਂ ਨੇ ਇੰਡੀਪੈਂਡੈਂਟ ਆਪਣਾ ਕੰਮ ਸ਼ੁਰੂ ਕਰ ਲੈਣਾ ਜੇ ਸਰਕਾਰ ਇਹ ਭਾਲਦੀ ਆ ਇਹ ਮੈਨੂੰ ਲੱਗਦਾ ਅੱਜ ਤੋਂ ਸ਼ੁਰੂ ਹੋ ਗਿਆ ਹਾਂ ਬਿਲਕੁਲ ਜੀ ਸਰਕਾਰ ਉਕਣਾ ਯਾਰ ਫੜ ਨਹੀਂ ਰਹੀ ਬਾਂਹ ਚੁੱਕਣਾ ਫੜਨੀ ਚਾਹੀਦੀ ਹੈ ਇਹਨੂੰ ਸਰਕਾਰ ਹਰ ਕੋਈ ਆਪਣੇ ਲੈਵਲ ਤੇ ਕੰਮ ਕਰ ਰਿਹਾ ਹਾਂ ਜੇ ਸਰਕਾਰ ਦੇ ਵਿੱਚ ਕੁਰਸੀਆਂ ਤੇ ਬੈਠਿਆ ਤਾਂ ਸੈਂਟਰ ਦੇ ਮੁਤਾਬਿਕ ਚੱਲਣਾ ਹੁਣ ਡੀਸੀ ਆਉਂਦਾ ਏ ਕੱਲੇ ਆੜਤੀ ਨੂੰ ਕਾਹਤੇ ਬੁਲਾਉਂਦਾ ਏ ਇੱਥੇ ਬਿਠਾਲ ਕੇ ਮੀਟਿੰਗ ਕਰੇ ਗੱਬੇ ਸਾਡੀ ਫਸਲ ਸਾਨੂੰ ਨਹੀਂ ਪਈ ਮੀਟਿੰਗਾਂ ਚ ਬੁਲਾਉਂਦੇ ਡੀਸੀ ਸਾਹਿਬ ਜਿਹੜੇ ਹੈਗੇ ਆ ਪੜ੍ਹਾਈਆਂ ਕਰਕੇ ਆਏ ਆ ਮੈਂ ਬੜੇ ਮੁੰਡਿਆਂ ਨੂੰ ਪੜ੍ਹਾਉਂਦਾ ਬੜੇ ਬੜੇ ਕੰਪਨੀਆਂ ਦੇ ਮੁੰਡਿਆਂ ਨੂੰ ਪੜ੍ਹਾਉਂਦਾ ਡੀਸੀ ਸਾਹਿਬ ਪੜ੍ਹਾਈ ਕਰਕੇ ਆਏ ਉਹਨਾਂ ਨੂੰ ਰਿਐਲਿਟੀ ਚੈੱਕ ਨਹੀਂ ਪਤਾ ਫਸਲਾਂ ਦਾ ਨਹੀਂ ਪਤਾ ਖੇਤੀ ਦਾ ਨਹੀਂ ਪਤਾ ਬਿਠਾ ਤੇ ਉਹਨੂੰ ਪੁੱਛ ਸਕਦੇ ਤੇ ਜਿਹੜੇ ਬੱਚੇ ਹੁਣ ਬੜੀਆਂ ਬੜੀਆਂ ਪੜ੍ਹਾਈ ਕਰਕੇ ਕੰਪਨੀਆਂ ਚ 10 ਸਾਲ ਕੰਪਿਊਟਰ ਤੇ ਬੈਠੇ ਹੋਏ ਆ ਉਹਨਾਂ ਨੂੰ ਕੁਰਸੀਆਂ ਚ ਬਿਠਾਉਣਾ ਚਾਹੀਦਾ ਬਿਲਕੁਲ ਸਿੱਧੀ ਕੁਰਸੀਆਂ ਬਿਠਾਓ ਇਹ ਰਿਐਲਿਟੀ ਚੈੱਕ ਜਿਹੜੀ ਚੀਜ਼ ਹੋ ਰਹੀ ਹੈ ਸਹੀ ਨਹੀਂ ਹੋ ਰਹੀ ਸਹੀ ਨਹੀਂ ਕਹਿ ਰਹੇ ਹੁਣ ਜਿਹੜੇ ਸਾਡੇ ਕੱਲ੍ਹ ਜਿੰਨੀ ਬਿਜਲੀ ਵੱਢ ਹੋਈ ਆ ਉਹ ਪਿੰਡੇ ਖੜੀ ਆ ਹਾਂ ਦੇਖ ਲਓ ਤੁਸੀਂ ਅਗਲਾ ਕਹਿੰਦਾ ਹੁਣ ਦੇਖ ਕੇ ਹੀ ਜਾਓਗੇ ਕਿਆ ਪਤਾ ਕਿਆ ਬਣਦਾ ਨੁਕਸਾਨ ਹੋ ਜੀਰੀ ਦੀ ਵਢਾਈ ਕੱਲ ਬਹੁਤ ਹੋਈ ਹੈ ਅੱਜ ਘਟ ਗਈ ਹੋਣੀ ਮੰਡੀ ਅੱਜ ਤਾਂ ਘਟਣੀ ਉਹ ਟਰਾਲੇ ਭਰ ਕੇ ਫੇਰ ਖੜ ਗਏ ਹਾਂ ਜਿਹੜੇ ਖਾਲੀ ਹੋਏ ਤੇ ਜਿਹੜੇ ਖਾਲੀ ਹੋਏ ਤੇ ਠੀਕ ਵੀ ਜੀ ਹੁਣ ਜੀ ਹੋਣੀ ਪਰ ਜੀ ਦੀ ਤਕਰੀਬ ਹੁਣ ਸਾਰੀ ਪੱਕੀ ਹੋਈ ਹੈ ਕੋਈ ਨਹੀਂ ਕੱਚੀ ਹੈ ਅਗਲੀ ਪਿਛਲੀ ਸਭ ਆ ਗਈ ਹੁਣ ਤਾਂ ਇਹ ਗਵਰਨਮੈਂਟ ਜੀ ਮੈਨੂੰ ਭਾਈ ਇਹ ਦੱਸੋ ਮਾਸਾ ਜੀ ਤੁਸੀਂ ਇਹ ਦੱਸੋ ਸਾਡੇ ਏਰੀਏ ਦੇ ਵਿੱਚ ਲੋਕਾਂ ਕੋਲ ਮਤਲਬ ਘੱਟ ਜ਼ਮੀਨ ਵਾਲੇ ਜ਼ਮੀਂਦਾਰ ਹਨ ਸਾਰੇ ਹਾਂ ਹੁਣ ਤੁਸੀਂ ਇਹ ਕਹਿ ਲਓ ਕਿ ਜਿਹਦੇ ਕੋਲ ਘੱਟ ਜ਼ਮੀਨ ਆ ਉਹਨਾਂ ਦੀ ਜ਼ਮੀਨ ਦੇ ਵਿੱਚ ਫਸਲ ਮਰ ਜਾਂਦੀ ਫਿਰ ਉਹ ਕਿੱਥੇ ਜਾਊਗਾ ਜੀ ਕਿੱਥੇ ਜਾਊਗਾ ਜੀ ਉਹਦਾ ਸਰਕਲ ਤਾਂ ਹਿੱਲਦੇ ਜਾਣਾ ਜੀ ਆ ਇੱਕ ਆਰਟ ਏਰੀਆ ਹੀ ਅੱਜ ਇੱਕ ਉਹ ਟਰੈਲੀ ਆਈ ਆ ਬਸ ਇੱਧਰ ਇੱਧਰ ਬਾਕੀ ਇੱਧਰ ਪਤਾ ਨਹੀਂ ਮੈਨੂੰ ਬਾਕੀ ਸਾਰੀਆਂ ਕੱਲ ਵਾਲੀਆਂ ਆ ਜਿਹਨੂੰ ਹਾਈਬ੍ਰਿਡ ਕਹਿੰਦੇ ਆ ਜਿਹਨੂੰ ਹਾਈਬ੍ਰਿਡ ਕਹਿੰਦੇ ਹਾਂ ਬਾਈ ਸਾਰੇ ਹਾਈਬ੍ਰਿਡ ਖੜਾ ਸਿਸਟਮ ਵਿੱਚ ਵੀ ਹਾਈਬ੍ਰਿਡ ਖੜਾ ਹੁੰਦਾ ਹਾਂ ਉਹੀ ਮੈਨੂੰ ਆ ਤੁਹਾਨੂੰ ਮੈਂ ਕੱਲ ਕਿਹਾ ਤਾਂ ਉਹੀ ਮੈਨੂੰ ਬਾਈ ਕਹਿੰਦਾ ਉੱਥੇ ਕੋ ਕਹਿੰਦਾ ਹਾਈਬ੍ਰਿਡ 26 ਨੇ ਜੋ ਉਹ ਵੀ ਨਹੀਂ ਭਰਨੇ ਹੈਗੇ ਸੈਲਰ ਵੀ ਨਹੀਂ ਢੰਗਾ ਲੱਗਣੀ ਉੱਥੇ ਉਹ ਚੱਕਣੀ ਆ ਚੱਕੋਗੇ ਸਾਰੀ ਹੈਰਾਨ ਕਰਦੇ ਆ ਹਾਂ ਵੀ ਇਹ ਸਾਰਾ ਕੰਮ ਜਿਹੜਾ ਹੈਗਾ ਮਿਲ ਜੁਲ ਕੇ ਹੁੰਦਾ
ਸਾਰਾ ਘੁੰਮ ਫਿਰ ਕੇ ਸਾਡੇ ਬਰੇ ਆਉਣੀ ਵਾਰੀ ਜਿੱਦ ਨੂੰ ਮਰਜ਼ੀ ਆ ਜਾਵੇ ਜਿਵੇਂ ਤੁਸੀਂ ਕਹਿ ਰਹੇ ਸਾਰਾ ਕੁਝ ਮਿਲ ਜੁਲ ਕੇ ਹੁੰਦਾ ਡਿਪਾਰਟਮੈਂਟ ਇੱਕ ਦੂਜੇ ਨਾਲ ਮਿਲੇ ਹੁੰਦੇ ਆ ਫਿਰ ਗੌਰਮੈਂਟ ਡਿਪਾਰਟਮੈਂਟ ਜਿਹੜਾ ਹੁੰਦਾ ਉਹ ਸੈਂਟਰ ਦੇ ਨਾਲ ਮਿਲਿਆ ਹੁੰਦਾ ਸਟੇਟ ਨਾਲ ਮਿਲਿਆ ਹੁੰਦਾ ਫਿਰ ਗੌਰਮੈਂਟ ਡਿਪਾਰਟਮੈਂਟ ਐਗਰੀਕਲਚਰ ਡਿਪਾਰਟਮੈਂਟ ਨੂੰ ਮਿਲਿਆ ਹੁੰਦਾ ਉਹ ਡਿਪਾਰਟਮੈਂਟ ਐਗਰੀਕਲਚਰ ਡਿਪਾਰਟਮੈਂਟ ਕਿਸਾਨਾਂ ਨੂੰ ਮਿਲਿਆ ਹੁੰਦਾ ਅਸੀਂ ਹੋਰ ਕਿਸੇ ਨਾਲ ਮਿਲੇ ਹੁੰਦੇ ਆ ਸਾਰੇ ਮਿਲ ਕੇ ਕੰਮ ਚੱਲਦੇ ਆ ਜਿਹੜਾ MSP ਦਾ ਰੌਲਾ ਪੈਂਦਾ ਇਹਨਾਂ ਨੇ ਉਹ ਕੰਮ ਖਤਮ ਕਰਨਾ ਤੁਹਾਨੂੰ ਮੈਂ ਦੱਸਦਾ ਜਦ ਮਰਜ਼ੀ ਹੋਵੇ ਹੁਣ ਸਾਡੇ ਜ਼ਿਮੀਦਾਰਾਂ ਨੇ ਨਾ ਪਹਿਲਾਂ 73.01 ਆਈ ਆ ਪਹਿਲੀ ਤਰੀਕ ਤੋਂ ਪਹਿਲਾਂ ਬੱਕਰੀ ਦੇਖੀ ਆ ਉਹ 15-15, 16-16 ਸਾਨੂੰ ਵੇਚੀ ਆ ਕੰਮ ਨੀ ਕਰਦੀ ਹੁਣ ਧਰਨਾ ਲੱਗ ਗਿਆ ਮੁਲਕ ਐ ਘੁੰਮ ਕੇ ਜਾ ਰਿਹਾ ਸਾਡੇ ਉਹਨੂੰ ਹਜੇ ਤੱਕ ਨੀ ਪਤਾ ਲੱਗਿਆ ਵੀ ਕਿਆ ਹੋ ਰਿਹਾ ਉਹਦੇ ਕਿਆ ਬਾਕੀ ਬਈ ਜਿਹੜੀ ਆਈ ਜਾਂਦੀ ਆਪਣੇ ਵਿਚਾਰ ਦੱਸੋ ਸਾਨੂੰ ਸਾਰਾ ਕੁਝ ਕਿਵੇਂ ਆ ਕਿਹੜੀ ਮੰਡੀ ਕੱਲ ਬਾਈ ਤੁਹਾਨੂੰ ਕੱਲ ਦੱਸਦੀ ਆ ਵੀ ਕੱਲ ਰੋਪੜ ਚੱਲ ਪਈ ਸੀ ਤੇ ਹੁਣ ਅੱਜ ਬੰਦ ਆ ਉਹ ਕਹਿੰਦੇ ਅਸੀਂ ਵੀ ਵਿੱਚ ਸੁਣਿਆ ਮੈਂ ਕਹਿੰਦੇ ਵੀ ਸਾਤੇ ਕੱਲ ਗਲਤੀ ਹੋ ਗਈ ਸੀ ਭਾਨੀ ਨੀ ਸੀ ਵਿੱਚ ਉੱਥੇ ਆੜਤੀ ਦੀਆਂ ਗੱਲਾਂ ਹੋਣੀਆਂ ਇਹ ਆੜਤੀ ਦੀ ਗੱਲ ਲਿਖ ਕੇ ਦੇ ਗਏ ਤੇ ਪਹਿਲਾਂ ਹਾਂ ਵੀ ਅੱਜ ਉਹੀ ਕਾਗਜ਼ ਪੱਤਰ ਲੈ ਕੇ ਆਇਆ ਪਹੁੰਚੇ ਫੇਰ DC ਦਫ਼ਤਰ ਹਾਂ ਬਾਕੀ ਦੇਖਦੇ ਬਾਈ ਕਿਆ ਬਣਦਾ ਜੇ ਨਹੀਂ ਲੈਣੀ ਆ ਫਿਰ ਪੱਖੇ ਕੱਲ ਲਾਉਣੇ ਆ ਲੈਣੀ ਵੀ ਆ ਬੰਨ ਕੇ ਬਿਠਾ ਲਾਉਣੀ ਕਰਾਓ ਹੀ ਨਾ ਕਰਾਓ ਹੀ ਨਾ ਹਾਂ ਹਜੇ ਵੀ ਨਹੀਂ ਰੋਕ ਰਹੇ ਆਹ ਜਿਹੜੇ ਹੁਣ ਵਿਚਾਰੇ ਅੱਕਣਾ ਜਿਹਦੇ ਜਗ੍ਹਾ ਜੁਗਾ ਨੀ ਖੜਾਉਣੀ ਨੂੰ ਉਹ ਆ ਰਹੇ ਇਸ ਟਾਈਮ ਬਾਕੀ ਬਈ ਅਸੀਂ ਢੇਰੀਆਂ ਸਭ ਦਾ ਹੀ ਵਾਊਚਰ ਤੁਸੀਂ ਜੇ ਚੈੱਕ ਵੀ ਕਰਾ ਲਓ ਖੜਨੀ ਨੀ ਵੀਰ ਹਾਂ ਤੁਹਾਡੇ ਕੋਲ ਥੋੜਾ ਚੱਲ ਕੰਮ ਬੜਾ ਏ ਆਹ ਬਾਈ ਜੀ ਆਹ ਸਾਰੀਆਂ ਢੇਰੀਆਂ ਬਾਈ ਦੀਆਂ ਪਈਆਂ ਜਗ੍ਹਾ ਵੀਰ ਕਿੰਨੀ ਕੁ ਤਾਰ ਲੂਗਾ ਘਰ ਹੁਣ ਵੀਰ ਜਿਹਦੇ ਕੋਲ ਜਗ੍ਹਾ ਏ ਮੰਨ ਲਾ ਜ਼ਮੀਨ ਜ਼ਿਆਦਾ ਏ ਉਹਦੇ ਕੋਲ ਸੰਦ ਸੇੜਾ ਵੀ ਜ਼ਿਆਦਾ ਹੋਊਗਾ ਉਹ ਤਾਂ ਉੱਥੇ ਉਹੀ ਖੜਾ ਏ ਆਹ ਗੱਲਾਂ ਭਾਈ ਅੱਜ ਬਾਈ ਦੂਆ ਦਿਨ ਤਾਂ ਇਹ ਵੀ ਐਵੇਂ ਲੰਘ ਗਿਆ ਕੁਛ ਨੀ ਬਣਿਆ ਸਵੇਰ ਦੇ ਕਦੇ ਅਸੀਂ ਉਹ ਬੋਰੀਆਂ ਪਹਿ ਜਾਂਦੇ ਕਦੇ ਇੱਥੇ ਬਹਿ ਜਾਂਦੇ ਆ ਹੁਣ ਆਹੀ ਕੁਛ ਹੋਣਾ ਮਾਸੜਾ ਹੋਰ ਕੀ ਹੋਣਾ ਸਬਸਿਡੀਆਂ ਇਹਨਾਂ ਨੇ ਕਿੱਥੇ ਦੇਣੀਆਂ ਸਾਡੇ ਤਾਂ ਪਹਿਲਾਂ ਨੀ ਇਹਨਾਂ ਨੇ ਕੁਛ ਸੁਣਿਆ ਨਾ ਹੁਣ ਸੁਣਿਆ ਚਲੋ 2.5 ਸਾਲ ਦਾ ਰਹਿ ਗਿਆ ਸਾਡਾ ਤਾਂ ਕੰਮ ਕੱਢ ਲੈਣਾ ਸੀ ਔਖਾ ਔਖਾ 2.5 ਸਾਲ ਲੰਘ ਗਏ ਇਹਨਾਂ ਦੇ ਬਾਕੀ ਦੂਆ ਦਿਨ ਤਾਂ ਬਾਈ ਅੱਜ ਵੀ ਕੁਛ ਨੀ ਹੋਇਆ ਤਰੀਕ ਅੱਜ 8 ਨਾ ਬਾਈ ਤਰਪਾਲ ਉਹ ਥੋੜੀ ਨੰਗੀ ਕਰੀ ਤੀ ਮੈਂ ਹੁਣ ਉਹ ਵੀ ਟਕ ਜਾਣੀ ਹਾਂ ਪਤਾ ਹੀ ਨੀ ਬਾਈ ਚਲੋ ਠੀਕ ਆ ਜੀ ਠੀਕ ਆ ਜੀ ਬਾਈ ਫਿਰ ਬਾਕੀ ਬਾਈ ਆਹ ਪਈਆਂ ਢੇਰੀਆਂ ਤਰਪਾਲ ਪਾ ਗਏ ਤੇ ਰਾਤ ਫਾਇਦਾ ਵੈਸੇ ਰਾਤ ਉਰੀ ਤੇ ਪਰ ਤਰਪਾਲ ਪਾ ਦਿੱਤੀ ਤੇ ਇਹਨਾਂ ਨੇ ਉਹ ਪੱਖਾ ਲਾਇਆ ਤਾ ਇਹਦੇ ਪਰ ਗੱਤ ਦੇ ਬਾਕੀ ਆਹ 3 ਢੇਰੀਆਂ ਪਈਆਂ ਬਾਕੀ ਗਏ ਹੋਏ ਹਾਂ ਬਾਈ ਉੱਧਰ ਨੂੰ
ਉੱਥੇ ਆ ਬੈਠੀ ਸੀ ਆਇਆ ਪਿਆ ਪਤਾ ਨਹੀਂ ਜੋ ਕਹੀ ਜਾਂਦੇ ਹਾਂ ਬਾਕੀ ਬਾਈ ਆਹ ਦੇਖੋ ਆ ਸਾਰੀ ਕੋਈ ਨਵੀਂ ਨਹੀਂ ਆਈ ਟੇਡੀ ਸਾਰੀਆਂ ਪੁਰਾਣੀਆਂ ਆਹ ਬਾਈ ਇੱਕ ਉਹ ਛੱਬੀ ਆ ਆਹ ਛੱਬੀ ਆ ਜਿਹਦੀ ਕੱਲ੍ਹ ਬੋਲੀ ਹੋਈ ਆ ਬਾਈ ਬਾਕੀ ਸਾਰਾ ਇੱਕ ਉੱਧਰਲੇ ਚੋ ਆ ਬਾਕੀ ਆਹ ਦੇਖੋ ਸਾਰਾ ਹੀ ਚੱਕਣਾ ਹੀ ਪਿਆ ਇਹ ਅੱਜ ਦਾ ਮਾਲ ਕੋਈ ਨਹੀਂ ਹੈ ਬਾਈ ਇਹ ਵੀ ਪੱਖਾ ਅੱਜ ਲਾਇਆ ਪਰ ਇਹ ਆਈ ਪਾਈ ਹੋਈ ਕੱਲ੍ਹ ਦੀ ਉਹ ਆ ਬਾਈ ਹਜੇ ਤਾਂ ਇਹ ਤਾਰੀ ਹੋਈ ਬਾਈ ਇਹਦਾ ਮੋਕਚਰ ਚੈੱਕ ਕਰਿਆ ਤਾਂ 12 ਮੋਕਚਰ ਆਇਆ ਇਹਦਾ ਅਤੇ ਇਹਦਾ ਸ਼ੈੱਡ ਆ ਨਹੀਂ ਤਾਂ ਇਹਨੇ ਉਹ ਚੱਕ ਦੇਣਾ ਦਾ ਕੰਮ